ਦੇ ਹੁਕਮ ਨੂੰ ਮੰਨੀਏ, ਪਰਮਾਤਮਾ ਦੀ ਗੱਲ ਨੂੰ ਮੰਨੀਏ। ਅੱਗੇ ਗੁਰੂ ਪਾਤਸ਼ਾਹ ਜੀ ਲਾਸਟ ਵਿੱਚ ਸਾਨੂੰ ਕੀ ਕਹਿੰਦੇ ਨੇ ਜੀ, ਸਤਿਗੁਰ ਸ਼ਬਦ ਅਜਾਰੋ ਦੀਪਾ ਬਿਨ ਸਿਓ ਅੰਧਕਾਰ ਤਹਿ ਮੰਦਰ ਰਤਨ ਕੋਠੜੀ ਖੁੱਲੀ ਅਨੂਪਾ। ਸਾਧ ਸੰਗਤ ਜੀ, ਇਸ ਜ਼ਿੰਦਗੀ ਦੇ ਵਿੱਚ ਜੇਕਰ ਅਸੀਂ ਪਰਮਾਤਮਾ ਦੀ ਨਦਰ, ਪਰਮਾਤਮਾ ਦੀ ਬਖਸ਼ ਚਾਹੁੰਦੇ ਹਾਂ ਤਾਂ ਸਾਨੂੰ ਅੰਦਰ ਜਿਹੜਾ ਸਾਡਾ ਦੀਵਾ ਬੁਝਦਾ ਜਾ ਰਿਹਾ ਹੈ ਨਾ, ਖਤਮ ਹੁੰਦਾ ਜਾ ਰਿਹਾ, ਜਿਹਦੀ ਲੋੜ ਦਿਨੋ ਦਿਨ ਘਟਦੀ ਜਾ ਰਹੀ ਆ, ਲੋ ਘਟਣ ਦਾ ਭਾਵ ਕਿ ਅਸੀਂ ਆਪਣੇ ਬਾਹਰੀ ਤੌਰ ਤੇ ਜਿਹੜੀ ਦੁਨੀਆਂ ਦੇ ਨਾਲ ਨੇੜਤਾ ਬਹੁਤ ਕਰ ਲਈ, ਪਰ ਸਾਧ ਸੰਗਤ ਜੀ ਅੰਦਰੋਂ ਅਸੀਂ ਬਹੁਤ ਦੂਰ ਹੋ ਗਏ ਹਾਂ। ਨੇੜੇ ਅੱਜ ਸਾਡੇ ਕੋਲ ਬੜਾ ਕੁਛ ਹੈ, ਅਸੀਂ ਦੁਨੀਆਂ ਦੇ ਨੇੜੇ ਹੋ ਗਏ ਹਾਂ ਮੋਬਾਈਲ ਫੋਨ ਦੇ ਕਰਕੇ, ਕਿੰਨਾ ਕੁਛ ਕਰਕੇ। ਗੁਰੂ ਪਾਤਸ਼ਾਹ ਦੀਆਂ ਇਹ ਬਲੈਸਿੰਗਸ ਨੇ, ਇਹ ਗੁਰੂ ਪਾਤਸ਼ਾਹ ਜੀ ਨੇ ਸਾਰੀ ਟੈਕਨੋਲੋਜੀ ਸਾਨੂੰ ਦਿੱਤੀ, ਇਹ ਉਹਦੀ ਕਿਰਪਾ ਸਦਕਾ ਹੀ ਤਾਂ ਹੈ। ਪਰ ਸਾਧ ਸੰਗਤ ਜੀ ਅੰਦਰੋਂ ਅਸੀਂ ਬਹੁਤ ਨਹਿਰੂ ਹੋ ਗਏ ਹਾਂ, ਜਦਕਿ ਅੰਦਰੋਂ ਅਸੀਂ ਕੀ ਹੋਣਾ ਚਾਹੀਦਾ ਸੀ, ਸਾਨੂੰ ਅੰਦਰੋਂ ਉਹਦੇ ਨਾਲ ਜੁੜਨਾ ਚਾਹੀਦਾ ਸੀ, ਅੰਦਰੋਂ ਅਸੀਂ ਤੰਗ ਹੋ ਗਏ ਹਾਂ। ਗੁਰੂ ਪਾਤਸ਼ਾਹ ਕਹਿੰਦੇ ਤੇਰੇ ਅੰਦਰ ਦੀਵਾ ਬੁਝਦਾ ਜਾ ਰਿਹਾ ਹੈ, ਉਸ ਦੀਵੇ ਨੂੰ ਜਗਾਉਣ ਦੇ ਲਈ ਸ਼ਬਦ ਦੇ ਲੜਨ ਲੱਗ ਜਾ, ਜੇ ਸ਼ਬਦ ਦੇ ਲੜਨ ਲੱਗੇਗਾ ਤੇਰੇ ਅੰਦਰ ਜਿਹੜੀ ਅਗਿਆਨਤਾ ਆ ਉਹ ਦੂਰ ਹੋ ਜਾਵੇਗੀ। ਸਾਧ ਸੰਗਤ ਜੀ ਇੱਥੇ ਇੱਕ ਸਾਖੀ ਹੈ, ਕਹਿੰਦੇ ਗੁਰੂ ਗੋਬਿੰਦ ਪਾਤਸ਼ਾਹ ਜੀ ਨਾ ਜਦੋਂ ਅਨੰਦਪੁਰ ਸਾਹਿਬ ਸਨ ਤਾਂ ਇੱਕ ਵਾਰ ਉਹ ਨਦੀ ਦੇ ਕਿਨਾਰੇ ਤੁਰੇ ਜਾਂਦੇ ਸਨ। ਕਹਿੰਦੇ ਜਦੋਂ ਨਦੀ ਦੇ ਕਿਨਾਰੇ ਤੁਰੇ ਜਾਂਦੇ ਸਨ ਤਾਂ ਉਹਨਾਂ ਦੇ ਹੱਥ ਵਿੱਚ ਇੱਕ ਪੱਥਰ ਸੀ, ਉਹ ਪੱਥਰ ਨੂੰ ਉਹ ਕਿਤੇ ਸੱਜੇ ਹੱਥ ਤੇ ਕਿਤੇ ਖੱਬੇ ਹੱਥ ਦੇ ਵਿੱਚ ਉਛਾਲਦੇ ਸਨ। ਉਹ ਏਦਾਂ ਕਰਦਿਆਂ ਕਰਦਿਆਂ ਜਿਹੜਾ ਪੱਥਰ ਸੀ ਨਾ ਸਾਧ ਸੰਗਤ ਜੀ ਉਹ ਪਾਣੀ ਦੇ ਵਿੱਚ ਡਿੱਗ ਪੈਂਦਾ ਆ, ਤੇ ਗੁਰੂ ਪਾਤਸ਼ਾਹ ਜੀ ਕੋਲੇ ਸਿੱਖਾਂ ਨੂੰ ਪੁੱਛਦੇ ਨੇ ਇਹ ਪਾਣੀ ਵਿੱਚ ਡੁੱਬ ਕਿਉਂ ਗਿਆ, ਤੇ ਇੱਕ ਸਿੱਖ ਆਖਦਾ ਆ ਗੁਰੂ ਪਾਤਸ਼ਾਹ ਜੀ ਪਾਣੀ ਦਾ ਸੁਭਾਅ ਹੈ ਉਹ ਪੱਥਰ ਨੂੰ ਡੋਬ ਲੈਂਦਾ ਹੈ, ਦੂਸਰਾ ਸਿੱਖ ਆਖਦਾ ਗੁਰੂ ਪਾਤਸ਼ਾਹ ਜੀ ਪੱਥਰ ਦਾ ਸੁਭਾਅ ਹੈ ਉਹ ਪਾਣੀ ਚ ਡੁੱਬ ਜਾਂਦਾ ਹੈ। ਤੇ ਗੁਰੂ ਪਾਤਸ਼ਾਹ ਜੀ ਭਾਈ ਦਇਆ ਸਿੰਘ ਜੀ ਨੂੰ ਪੁੱਛਦੇ ਨੇ ਕੋਲ ਖਲੋਤੇ ਵੀ ਦਇਆ ਸਿੰਘਾ ਤੇਰਾ ਕੀ ਸੁਭਾਅ ਆ, ਤੇਰਾ ਕੀ ਇਹਦੇ ਬਾਰੇ ਸੋਚਣਾ ਆ। ਤੇ ਗੁਰੂ ਪਾਤਸ਼ਾਹ ਜੀ ਕਹਿੰਦਾ ਗੁਰੂ ਪਾਤਸ਼ਾਹ ਜੀ ਮੈਨੂੰ ਨੀ ਪਤਾ, ਪਾਣੀ ਦਾ ਸੁਭਾਅ ਹੈ ਉਹ ਪੱਥਰ ਨੂੰ ਆਪਣੇ ਵਿੱਚ ਸਮਾ ਲੈਂਦਾ ਹੈ, ਪੱਥਰ ਦਾ ਸੁਭਾਅ ਹੈ ਉਹ ਪਾਣੀ ਵਿੱਚ ਡੁੱਬ ਜਾਂਦਾ ਹੈ, ਮੈਨੂੰ ਤਾਂ ਇੱਕੋ ਗੱਲ ਦਾ ਪਤਾ ਸੱਚੇ ਪਾਤਸ਼ਾਹ ਜੀ ਜਿਹੜਾ ਤੁਹਾਡੇ ਹੱਥ ਦੇ ਵਿੱਚੋਂ ਨਿਕਲ ਗਿਆ ਉਹ ਅੱਜ ਵੀ ਡੁੱਬਾ ਤੇ ਉਹ ਕੱਲ ਵੀ ਡੁੱਬਾ। ਸਾਧ ਸੰਗਤ ਜੀ ਜੇਕਰ ਅਸੀਂ ਤਰਨਾ ਹੈ ਨਾ ਤਾਂ ਅਸੀਂ ਸ਼ਬਦ ਦੇ ਲੜਨ ਲੱਗੀਏ, ਉਸ ਪਰਮਾਤਮਾ ਦੇ ਲੜਨ ਲੱਗੀਏ, ਕਿਉਂਕਿ ਫੇਰ ਹੀ ਸਾਡੇ ਉੱਤੇ ਕਿਰਪਾ ਹੋਵੇਗੀ, ਕਿਉਂਕਿ ਉਹ ਸੱਚੇ ਪਾਤਸ਼ਾਹ ਐਡਾ ਮਹਾਨ ਵੈਦ ਹੈ ਦੁਨੀਆਂ ਦਾ, ਕਿਉਂਕਿ ਸਾਨੂੰ ਉਹ ਰੋਗਾਂ ਦੇ ਵਿੱਚੋਂ ਕੱਢ ਲੈਂਦਾ ਆ। ਅੱਜ ਕੋਵਿਡ-19 ਚੱਲਦਾ ਨਾ ਸਾਧ ਸੰਗਤ ਜੀ, ਸਾਡੇ ਉੱਤੇ ਕੋਈ ਵਿਪਤਾ ਆਉਂਦੀ ਆ, ਗੁਰੂ ਪਾਤਸ਼ਾਹ ਜੀ ਨੂੰ ਅਸੀਂ ਯਾਦ ਕਰਦੇ ਹਾਂ, ਗੁਰੂ ਪਾਤਸ਼ਾਹ ਦੀਆਂ ਸਿੱਖਿਆਵਾਂ ਨੇ, ਉਹਨਾਂ ਦੀ ਸਾਂਝ ਤੇ ਨੈਤਿਕਤਾ ਜਿਹੜੀ ਆ ਉਹ ਸਾਡੇ ਅੰਦਰ ਅੱਜ ਵੀ ਬਰਕਰਾਰ ਹੈ, ਗੁਰੂ ਜੀ ਦੀਆਂ ਸਿੱਖਿਆਵਾਂ ਸਾਡੇ ਕੋਲ ਨੇ। ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਜਪਤ ਮੁਕਦੇ ਵੈ ਕੱਟ ਹੈ ਜਮ ਕੀ ਫੰਦਾ, ਸਾਡੇ ਕੋਲ ਦੁੱਖ ਨਹੀਂ ਆਉਂਦੇ। ਉਹ ਪਰਮਾਤਮਾ ਸ਼ਬਦ ਦੇ ਨਾਲ ਸਾਡੇ ਦੁੱਖਾਂ ਨੂੰ ਮਾਨਸਿਕ ਤੌਰ ਤੇ ਹੋਣ ਸਰੀਰਕ ਤੌਰ ਤੇ ਹੋਣ ਉਹ ਸਾਰੇ ਦੁੱਖਾਂ ਨੂੰ ਕੱਟ ਦਿੰਦਾ ਹੈ। ਸਾਧ ਸੰਗਤ ਜੀ ਅੱਜ ਦਾ ਜਿਹੜਾ ਸਾਡਾ ਇਹੋ ਮੈਸੇਜ ਹੈ ਕਿ ਅਸੀਂ ਜੇਕਰ ਪਰਮਾਤਮਾ ਦੀਆਂ ਬਲੈਸਿੰਗਸ ਚਾਹੁੰਦੇ ਹਾਂ ਤਾਂ ਕੀ ਕਰੀਏ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਅਸੀਂ ਜ਼ਿੰਦਗੀ ਦੇ ਵਿੱਚ ਅਪਣਾਈ ਕਰੀਏ ਕਿ ਮੈਂ ਕਦੀ ਕਿਸੇ ਨੂੰ ਮਾੜਾ ਬਚਨ ਨਹੀਂ ਬੋਲਣਾ, ਦੂਸਰਾ ਮੈਂ ਸਾਰਿਆਂ ਨੂੰ ਆਪਣਾ ਮਿੱਤਰ ਸਮਝਣਾ ਆ, ਤੀਸਰਾ ਅੰਦਰੋਂ ਤੇ ਬਾਹਰੋਂ ਮੈਂ ਇੱਕ ਹੋਣਾ ਆ, ਤੇ ਆਪਣੇ ਆਪ ਨੂੰ ਮੈਂ ਇੰਪਰੂਵ ਕਰਨਾ ਆ, ਬਾਣੀ ਪੜ੍ਹਨੀ ਵੀ ਆ ਤੇ ਉਹਦੇ ਉੱਤੇ ਅਪਲਾਈ ਵੀ ਕਰਨਾ ਆ। ਤੇ ਗੁਰੂ ਪਾਤਸ਼ਾਹ ਕਹਿੰਦੇ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਗੁਰੂ ਤੇ ਭਰੋਸਾ ਕਰਨਾ ਜਿਹੜਾ ਆ ਸਾਧ ਸੰਗਤ ਜੀ, ਇਹ ਬਹੁਤ ਜ਼ਰੂਰੀ ਆ, ਇਟ ਇਜ਼ ਅ ਵੈਰੀ ਨੈਸੈਸਰੀ। ਇਹ ਸਾਧ ਸੰਗਤ ਜੀ ਸਾਡਾ ਅੱਜ ਦਾ ਮੈਸੇਜ ਸੀ, ਤੇ ਆ ਬੋਲਦਿਆਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਜੀ, ਸਾਧ ਸੰਗ ਬਖਸ਼ਣਾ ਆ ਰਿਹਾ, ਸਾਧ ਸੰਗ ਬਖਸ਼ ਸਕਦੇ ਹੋ ਜੀ ਆਪ ਜੀ। ਮੈਂ ਹੁਣ ਸਟੋਪ ਸ਼ੇਅਰਿੰਗ ਕਰਨ ਲੱਗਾ ਜੀ, ਪਲੀਜ਼ ਆਪ ਜੀ ਕੋਲ ਕੋਈ ਵੀ ਮੈਸੇਜ ਹੈ ਜਾਂ ਕੋਈ ਵੀ ਕਿਸੇ ਤਰ੍ਹਾਂ ਦਾ ਪ੍ਰਸ਼ਨ ਹੈ ਤੁਸੀਂ ਪਲੀਜ਼ ਚੈਟ ਬਾਕਸ ਦੇ ਵਿੱਚ ਸੈਂਡ ਕਰ ਦਿਓ। ਧੰਨਵਾਦ ਜੀ, ਥੈਂਕ ਯੂ।